ਮਤਲਬ ਬਠਿੰਡੇ ਆਏ ਆ ਤੇ ਮੋਟਰਸਾਈਕਲਾਂ ਦੀ ਬੁਲਟਾਂ ਦੀ ਵੀਡੀਓ ਬਣਾ ਰਹੇ ਆ। ਠੀਕ ਆ ਜੀ, ਕੋਈ ਦਿੱਕਤ ਪ੍ਰੋਬਲਮ ਹੋਵੇ? ਕੋਈ ਗਰੰਟੀ ਫੁੱਲ ਬੜਾ ਫੁੱਲ ਗਰੰਟੀ ਹੈ ਜੀ, ਪੇਂਟ ਦੀ ਗਰੰਟੀ ਆ, ਕਾਗਜ਼ ਪੱਤਰ ਦੀ ਫੁੱਲ ਗਰੰਟੀ ਆ। ਠੀਕ ਹੈ ਜੀ, ਚੋਰੀ ਠੱਗੀ ਦੀ ਫੁੱਲ ਗਰੰਟੀ ਆ। ਪੁੱਠੀ ਸੂਈ ਚੱਲਦੀ ਹਾਂ, ਸੋਨਾ ਚੱਲ ਲਵਾਇਆ ਚੱਲੇ 10000 ਮੋਟਰ। ਇਹਦੇ ਬਾਰੇ ਫਿਰ ਦਿਓ ਜੀ ਜਾਣਕਾਰੀ। ਇਹ 22 ਮਾਡਲ ਇਹ ਕਿਵੇਂ ਹੋਣੀ ਫਿਰ ਲੈ ਕੇ ਬੰਦੇ ਲੈ ਕੇ ਬੰਦੇ ਨੇ ਬਸ ਵੇਚਣ ਤਿਆਰੀ ਕਰੀ ਜਾਂਦਾ। ਆ ਨਾ ਦੇਖ ਸੁੱਖੇ ਇੱਧਰ ਦਿਖਾਈ ਇੰਜਨ ਤੋਂ ਆ ਰੈਪਰ ਜੇ ਨਵਾਂ ਇੰਜਨ ਲਾਏ ਹੋਏ ਜਮਾ ਹੀ ਨਵਾਂ ਪਿਆ ਯਾਰ ਇਹ ਤਾਂ ਵੀ ਉਹੀ 1100 ਚੱਲਿਆ ਸਰ 1100 ਚੱਲਿਆ ਜੀ ਸਾਰਾ ਹੀ ਲੈ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ ਤੁਹਾਡਾ ਸਾਰਿਆਂ ਦਾ? ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ। ਜਿਵੇਂ ਕਿ ਆਪਾਂ ਗੱਡੀਆਂ ਦੀ ਵੀਡੀਓ ਬਣਾਈ ਆ, ਪਹਿਲਾਂ ਟਰੈਕਟਰਾਂ ਦੀਆਂ ਬਣਾਉਣੇ ਹੁੰਦੇ ਆ, ਤੁਹਾਡੀ ਡਿਮਾਂਡ ਤੇ ਅੱਜ ਆਪਾਂ ਸਪੈਸ਼ਲ ਬਠਿੰਡੇ ਆਏ ਆ ਤੇ ਮੋਟਰਸਾਈਕਲਾਂ ਦੀ ਬੁਲਟਾਂ ਦੀ ਵੀਡੀਓ ਬਣਾ ਰਹੇ ਆ ਮੋਟਰਸਾਈਕਲ ਮਾਰਕੀਟ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਹੈ ਜੀ? ਵਧੀਆ। ਕੀ ਨਾਮ ਆ ਬਾਈ ਜੀ ਆਪਣਾ? ਮੇਰਾ ਨਾਮ ਪਵਨ ਕੁਮਾਰ ਹੈ ਜੀ। ਪਵਨ ਕੁਮਾਰ, ਸ਼ਿਵਜੀ ਆਊਟਿੰਗ ਦੇ ਨਾਤੇ ਮੇਰੀ ਦੁਕਾਨ ਹੈ ਜੀ, ਸ਼ਿਵਜੀ ਆਊਟਿੰਗ ਆ। ਤੇ ਬਾਈ ਜੀ ਗੱਡੀਆਂ ਦੀ ਮਾਰਕੀਟ ਦੇ ਜਸਟ ਨਾਲ ਹੀ ਇਹ ਹੈਗੀ ਆ ਮਾਰਕੀਟ ਆ ਬਾਈ, ਬੁਲਟ ਬੜੇ ਲਾਏ ਆ ਯਾਰ। ਹਾਂ, ਬੁਲਟ ਵੇਚਣ ਵਾਸਤੇ ਲੈ ਸਾਰੇ। ਤੇ ਆ ਪਹਿਲੇ ਤੋਂ ਇੱਥੋਂ ਸ਼ੁਰੂ ਕਰ ਲਈਏ ਆਪਾਂ? ਹਾਂਜੀ ਹਾਂਜੀ, ਇਹ 2011 ਮਾਡਲ ਹੈ ਜੀ। 11 ਮਾਡਲ ਹੈ? ਹਾਂਜੀ। ਤੇ 1,10,000 ਰੁਪਇਆ ਲਾਇਆ ਹੋਇਆ। 12,000 ਜੈਨੂਅਨ ਚੱਲਿਆ ਵੀਰੇ? ਜੈਨੂਅਨ ਥੋੜੇ ਮਾਟਾ ਵੱਧ ਚੱਲਿਆ ਜੀ, ਵੱਧ ਚੱਲਿਆ ਹੋਣਾ ਹਨਾ। ਕਿੰਨੇ ਦਾ ਨੰਬਰ? ਕਿੱਥੋਂ ਦਾ? ਫਸਟ ਓਨਰ ਜੀ। ਨੰਬਰ ਨੰਬਰ ਕਿੱਥੋਂ ਦਾ ਦੇਖੀ ਮੜਾ? ਬਟਾਲਾ ਸਾਊਗਾ, ਬਟਾਲੇ ਦਾ ਆਈ ਪੰਜਾਬ ਨੰਬਰ ਬਟਾਲੇ। ਅੱਛਾ ਜੀ, 18 ਮਾਡਲ ਜੀ। ਹਾਂਜੀ, ਇਹ ਜੈਨੂਅਨ ਚੱਲਿਆ ਜੀ, 4400 ਚੱਲਿਆ। 1,70,000 ਰੁਪਇਆ ਇਹਦਾ ਰੇਟ ਲੱਗਿਆ। 4400 ਚੱਲਿਆ ਜੀ। 4400 ਸਿਰਫ? ਸਿਰਫ ਗਰੰਟੀ ਹੈ ਇਸ ਗੱਲ ਦੀ। ਤੇ ਬਾਈ ਜੀ ਇਹ ਕਿੰਨੇ ਕੁ ਦਾ ਛੱਡੋਗੇ? ਇਹ ਦੇ ਦਾਂਗੇ 1,60,000। 1,60 ਦਾ ਹੈ? ਠੀਕ ਹੈ ਜੀ, ਕੋਈ ਦਿੱਕਤ ਪ੍ਰੋਬਲਮ ਹੋਵੇ? ਕੋਈ ਗਰੰਟੀ ਫੁੱਲ ਬੜਾ ਫੁੱਲ ਗਰੰਟੀ ਹੈ ਜੀ, ਪੇਂਟ ਦੀ ਗਰੰਟੀ ਆ, ਕਾਗਜ਼ ਪੱਤਰ ਦੀ ਫੁੱਲ ਗਰੰਟੀ ਆ। ਠੀਕ ਹੈ ਜੀ, ਚੋਰੀ ਠੱਗੀ ਦੀ ਫੁੱਲ ਗਰੰਟੀ ਆ। ਤੇ ਕਾਪੀ ਕੂਪੀ ਤੁਸੀਂ ਬਣਵਾ ਕੇ ਦਿੰਦੇ ਹੋ? ਕਾਪੀ ਬਣਵਾ ਕੇ ਦਿੰਦੇ, ਕਾਪੀ ਦੇ ਪੈਸੇ ਐਕਸਟਰਾ ਲੱਗਦੇ, 2000 ਰੁਪਏ ਲੱਗਦੇ ਜੀ। 2000? ਠੀਕ ਹੈ ਜੀ। ਤੇ ਆਹ ਕਿਹੜਾ ਮਾਡਲ ਆ ਜੀ? ਇਹ 17 ਮਾਡਲ ਆ ਜੀ। 17 ਮਾਡਲ ਹੈ? ਕਿੰਨਾ ਨੰਬਰ ਹੈ ਜੀ? ਤੇ ਇਹ ਕਿੰਨੇ ਦਾ ਜੀ? ਇਹ ਦੇ ਦੇਗਾ ਤੁਹਾਨੂੰ 1,40,000 ਰੁਪਏ ਦਾ। 1,40,000 ਦਾ ਹੈ? ਤੇ ਪੇਂਟ ਪੂੰਟ ਇਹ ਵੀ ਨਹੀਂ ਹੈਗਾ? ਗਰੰਟੀ ਸਾਰੇ ਮੋਟਰ ਦੀ, ਹਰ ਚੀਜ਼ ਦੀ ਗਰੰਟੀ ਫੁੱਲ ਹੋਊਗੀ ਜੀ। ਕਾਗਜ਼ ਪੱਤਰ ਦੀ ਫੁੱਲ ਗਰੰਟੀ ਹੈ, ਰੰਗ ਦੀ ਗਰੰਟੀ ਹੈ, ਐਕਸੀਡੈਂਟ ਦੀ ਗਰੰਟੀ ਹੈ। ਇਹ ਓਰੀਜਨਲ ਰਿਮਾਂ 'ਚ ਆ ਗਿਆ? ਓਰੀਜਨਲ ਤੇ ਉਹ ਉਹਨਾਂ ਦੇ ਵੀਲ ਪਾਏ ਹੋਏ ਸੀ? ਉਹਨਾਂ ਦੇ ਵੀਲ ਪਾਏ ਸੀ। ਦਿਖਾ ਦੇ ਦੂਰੋਂ ਹਨਾ ਨੰਬਰ ਸਾਰੇ। ਆਹ ਤਾਂ ਬਠਿੰਡਾ ਨੰਬਰ ਹੀ ਆਈ, ਫਸਟ ਓਨਰ ਆ? ਫਸਟ ਫਸਟ ਸਾਰੇ ਫਸਟ ਓਨਰ। ਤੇ ਆ ਗਿਆ ਫਿਰ 17 ਮਾਡਲ ਆ ਇਹ ਬਾਈ ਜੀ? ਹਾਰਲੇ ਆ, ਇਹ ਹਾਰਲੇ ਲਾਏ ਪਾਏ ਵੀ ਜੀ, ਹਾਰਲੇ ਲਾਏ ਹੈ। ਬਫਿੰਗ ਬੁਫਿੰਗ ਬੜੀ ਸੋਹਣੀ ਕੀਤੀ ਹੈ ਬਾਈ, ਬਫਿੰਗ ਮੁੰਡੇ ਆਪ ਕਰਦੇ ਸਾਡੇ ਮੁੰਡੇ ਤੱਕ। ਡਿਫਰੈਂਟ ਸਪੈਸ਼ਲ ਲਵਾਇਆ ਹੋਇਆ ਸੀ, ਪੁੱਠੀ ਸੂਈ ਚੱਲਦੀ ਹਾਂ, ਸਪੈਸ਼ਲ ਲਵਾਇਆ ਹੋਇਆ ਚੱਲੇ 10000 ਮੋਟਰ। ਅੱਛਾ, ਇਸ ਗੱਲ ਦੀ ਗਰੰਟੀ? ਇਹ ਮੀਟਰ ਸਪੈਸ਼ਲ ਲਵਾਇਆ ਹੋਇਆ, ਮੀਟਰ ਬੜਾ ਸੋਹਣਾ ਜੀ ਹਨਾ। ਇਹਦੇ ਬਾਰੇ ਫਿਰ ਦਿਓ ਜੀ ਜਾਣਕਾਰੀ। ਇਹ ਮੋਟਰਸਾਈਕਲ ਸੀ ਕਿਹਨਾਂ ਦਾ? ਇਹ ਮੋਟਰਸਾਈਕਲ ਤਿਆਰ ਕੀਤਾ ਸੀ ਆਪ ਹੀ, ਰੰਗ ਰੂਪ ਪੇਂਟ ਕਰਾਇਆ। ਇਹ ਕਿੰਨਵੇਂ ਨਾਮ ਆ ਜੀ ਪਹਿਲਾਂ ਤਾਂ ਇਹ ਦੱਸੋ? ਇਹ ਤੀਜੇ ਨਾਂ ਤੇ ਕਾਪੀ ਹੈ ਜੀ, ਤੀਜੇ ਨਾਂ ਤੇ ਹੈ। ਲੋਕਲ ਬਠਿੰਡਾ ਨੰਬਰ, ਨੰਬਰ ਵੀ ਬੜਾ ਸੋਹਣਾ ਜੀ, ਨੰਬਰ ਬਠਿੰਡੇ ਦਾ ਹੀ ਲੋਕਲ ਬਠਿੰਡਾ। 1667 ਹੈ, PB03M1667। ਮੋਟਰਸਾਈਕਲ ਦਿਖਾ ਤੂੰ, ਦਿਖਾਉਣ ਵਾਲੀ ਜੀ। ਇਹ ਕਿਤੋਂ ਚਾਰਜਰ ਬਾਈ? ਚਾਰਜਰ ਕੋਈ ਨਹੀਂ, ਸਾਰੀ ਲਾਰ ਖੇਚ ਪੂਰਾ ਵਧੀਆ ਤਿਆਰ ਕੀਤਾ ਸੀ ਆਪ। ਅੱਛਾ, ਇਹ ਪੇਂਟ ਪੂੰਟ ਸਾਰਾ, ਇੰਜਨ ਉਂਜਨ ਵੀ ਕਰਾਇਆ? ਸਾਰਾ ਕੁਝ ਕੀਤਾ, ਫੁੱਲ ਹੋਰ ਵਗੈਰਾ ਹੈ? ਹੋਰ ਹੋਰ ਸਭ ਕੁਝ ਕਰਾਇਆ। ਤੇ ਬਾਈ ਪੇਂਟ ਬੜਾ ਸੋਹਣਾ ਕੀਤਾ, ਕਿਹੜਾ ਪੇਂਟ ਕੀਤਾ ਹੋਇਆ? ਤੇ 2K ਪੇਂਟ ਹੋਇਆ ਬਈ ਇਹਦਾ, 2K ਪੇਂਟ। ਕਿਉਂਕਿ ਮੇਰਾ ਸਪੈਸ਼ਲ ਦੁਕਾਨ ਜੀ, ਆਪਾਂ ਯਾਰ ਦੋ ਮਿੱਤਰ ਦੀ। ਅੱਛਾ, ਸਾਰਾ ਕੰਮ ਕਰ ਉੱਤੇ ਸ਼ਾਈਨ ਦਿਖਾ ਸੁੱਖੇ, ਉਹਦੀ ਵਧੀਆ ਸ਼ਾਈਨ ਦਿਖਾ, ਬੜਾ ਸੋਹਣਾ ਯਾਰ ਕੀਤਾ। ਕੋਈ ਆਵਾਜ਼ ਸਟਾਰਟ ਸਟੂਟ ਕਰਕੇ ਦੇਖੋ ਜੀ, ਪੂਰਾ ਗੇਅਰ ਚ ਤਾਂ ਨਹੀਂ ਦੇਖੀ? ਨਹੀਂ, ਗੇਅਰ ਚ ਨਹੀਂ। ਇਹ ਸਾਰਾ 2K ਰੰਗ ਕੀਤਾ, ਵਧੀਆ ਕੁਆਲਿਟੀ। ਠੀਕ ਹੈ ਜੀ, ਇੰਜਨ ਦੀ ਆਵਾਜ਼ ਬੂਝ ਵੀ ਸਾਨੂੰ ਸਹੀ ਲੱਗੀ, ਕੋਈ ਬਹੁਤੀ ਨਹੀਂ ਆਈ, ਮਤਲਬ ਕਿਉਂਕਿ ਹੁਣੀ ਤਿਆਰ ਕੀਤਾ ਹੋਣਾ। ਇਹ ਫਿਰ ਬਾਈ ਕਿੰਨੇ ਕੁ ਦਾ ਦਿਓਗੇ? ਇਹ ਦੇ ਦੇਗਾ ਤੁਹਾਨੂੰ ਜੀ 40,000 ਰੁਪਏ। 40,000 ਦਾ ਹੈ ਜੀ? ਸਾਰਾ ਤਿਆਰ ਹੈ, ਵਧੀਆ ਤਿਆਰ ਹੋ ਗਿਆ ਨਾ। ਟਾਇਰ ਪਿਛਲਾ ਕਿੰਨਾ ਕਰੀ? ਟਾਇਰ ਨਾਲ ਹੀ ਹੈ ਜੀ। ਇਹ ਬਾਈ ਹੁਣ ਫਿਰ ਇਹ ਨਾ ਹੋ ਜਾਊਗਾ? ਨਾਮ ਨਹੀਂ ਹੋਣਾ ਜੀ ਇਹ, ਆਪਾਂ ਗਲਤ ਗੱਲ ਨਹੀਂ ਕਰ ਤੁਹਾਨੂੰ ਕਿ ਨਾਮ ਨਾ ਨਹੀਂ ਹੋਣਾ, ਕਿਉਂਕਿ 4 ਮਾਡਲ ਆ ਨਾ ਇਹ। ਨਾ ਨਹੀਂ ਹੋਣਾ ਜੀ ਇਹ, ਉਹ ਕਾਗਜ਼ ਦੀ ਫੁੱਲ ਗਰੰਟੀ ਸਾਡੀ। ਠੀਕ ਹੈ ਜੀ, ਰੂਪ ਰਾਪ ਸਭ ਲੈਣੇ ਆ, ਤਾਂ ਹੀ ਅਸੀਂ ਗਾਂ ਵੇਚਦੇ ਆ। ਫੀਡਬੈਕ ਦੇ ਦਿਓ? ਫੀਡਬੈਕ ਦੇਵਾਂਗੇ ਤੁਹਾਨੂੰ। ਠੀਕ ਹੈ ਜੀ, ਠੀਕ ਹੈ, ਠੀਕ ਹੈ। ਤੇ ਬਾਈ ਜੇ ਕਿਸੇ ਨੇ ਮਤਲਬ ਤਿਆਰ ਕਰਵਾਉਣਾ ਹੋਵੇ, ਉਹ ਵੀ ਤੁਸੀਂ ਕਰਵਾਓ? ਤਿਆਰ ਵੀ ਅਸੀਂ ਕਰ ਦਿੰਦੇ, ਕੋਈ ਦੁਕਾਨ ਹੈਗੀ ਆਪਣੀ ਦਿੱਲੀ ਹੱਟ ਕਰ। ਤੇ ਮਤਲਬ ਵੀ ਆ ਜੇ ਆਪ ਅਗਲਾ ਰਫ ਮੋਟਰਸਾਈਕਲ ਲਿਆਵੇ ਤੁਹਾਡੇ ਕੋਲ, ਜਿੰਨਾ ਮਰਜ਼ੀ ਮੋਟਰਸਾਈਕਲ ਵਧੀਆ ਬਣਾਏ ਜਾਂ ਨਵੇਂ ਵਰਗੇ, ਵੀ ਕੱਲਾ ਪੇਂਟ ਦਾ ਕਿੰਨਾ ਕੁ ਲੈਂਦੇ ਤੁਸੀਂ? ਪੇਂਟ ਦਾ ਲੱਗਦਾ 3500 ਰੁਪਏ ਕੱਲਾ ਪੇਂਟ ਦਾ, ਸਾਰੇ ਦਾ? ਹਾਂਜੀ, ਕੱਲੇ ਪੇਂਟ, ਰੰਗ ਰੰਗ ਸਮਾਨ ਦਾ, ਬਾਕੀ ਐਸਟਮ ਦਾ। ਤੇ ਬੁਲਟ ਦਾ ਬਾਈ ਜਿਵੇਂ ਟੈਂਕੀ ਪੇਂਟ ਕਰਾਉਣੀ ਹੁੰਦੀ ਹੈ 10000 ਰੁਪਏ ਦਾ? ਟੈਂਕੀ ਟੈਂਕੀ ਸਾਰੇ ਸਾਰੇ ਸਮਾਨ ਦੇ, ਜੇ ਕੱਲੀ ਟੈਂਕੀ ਕਰਾਉਣੀ ਹੋਵੇ? ਕੱਲੀ ਟੈਂਕੀ ਦਾ ਹਿਸਾਬ ਹੁੰਦਾ ਕਿ ਕਿੰਨੀ ਕੁ ਟੈਂਕ ਖਰਾਬ ਹੈ, ਕਿੰਨੀ ਕੁ ਨਹੀਂ, ਸਾਰਾ ਫੁੱਲ ਕਰਨੀ ਆਪ ਕਰਨੀ ਹੈ ਸਾਰਾ ਕੁਝ। ਅੱਛਾ ਅੱਛਾ, ਤੇ ਜੇ ਮਤਲਬ ਪੂਰਾ ਮੋਟਰਸਾਈਕਲ ਹੀ ਤਿਆਰ ਕਰਨਾ ਬੰਦੇ ਨੇ ਆਪ ਦਾ ਲਿਆ ਕੇ, ਉਹਦਾ ਕਿੰਨਾ ਲਾਉਂਗੇ ਤੁਸੀਂ? ਘੱਟ-ਘੱਟ 20-25 ਵਿੱਚ ਖਰਚਾ ਆ ਜਾਂਦਾ ਬੁਲਟ ਦਾ, ਬੁਲਟ ਪੇਂਟ ਪੇਂਟ ਦਾ ਕੱਲਾ। ਨਹੀਂ ਆ CD 100 ਦਾ? CD 100 ਦਾ ਇਹ ਲਾਉਂਦਾ 12,000 ਰੁਪਏ ਖਰਚ। 12,000 ਰੁਪਏ ਸਾਰਾ ਟੋਟਲੀ?
ਠੀਕ ਹੈ ਹਾਂ ਵਿੱਚ ਤੇ ਆਪਣੇ ਕੋਲ ਹੋਰ ਕਿਹੜੇ ਕਿਹੜੇ ਮੋਟਰਸਾਈਕਲ ਹੋਰ ਤਾਂ ਪੁਰਾਣੇ ਮੋਟਰਸਾਈਕਲ ਸਾਰੇ ਖੜੇ ਆ ਪਲਸਰ ਵਗੈਰਾ ਦਿਖਾ ਦਿਓ ਪਲੈਟੀਨਾ ਸਪਲੈਂਡਰ ਆ ਟਵਿਸਟ ਆ ਐਕਟਿਵਾ ਵੀ ਆਪਣੇ ਕੋਲ ਆ ਹਾਂਜੀ ਐਕਟਿਵਾ ਜੀ ਮੈਸਟਰੋ ਹੈ ਕਿਹੜੀ ਹੈ ਜੀ ਇਹ ਮੈਸਟਰੋ ਵਾਲਿਆਂ ਦੀ ਆਰਮੀ ਦੀ ਹੈਗੀ ਹੈ ਜੀ ਇਹ ਵੇਚਣਾ ਕੋਈ ਗਾਹ ਖੜਾ ਕੇ ਸਾਡੇ ਕੋਲ ਜੀ ਇਹ ਫਿਰ ਫਸਟ ਓਨਰ ਆ ਜੀ ਹਾਂ ਫਸਟ ਓਨਰ ਕੋਈ ਗਾਹ ਖੜਾ ਕੇ ਸਾਡੇ ਵੇਚਣ ਵਾਸਤੇ ਤੇ ਕਿੰਨਾ ਕੁ ਚੱਲੀ ਹੈ ਜੀ ਇਹ 40 ਮੀਟਰ ਦਾ ਜਾਂ ਮੀਟਰ ਇਲੈਕਟ੍ਰੋਨਿਕ ਜਾਇਦਾ ਹਾਂਜੀ 23000 ਚੱਲੀ ਹੋਈ ਹੈ 23000 ਚੱਲੀ ਆ 16 ਮਾਡਲ ਹੈ 16 ਮਾਡਲ ਹੈ 17 ਮਾਡਲ ਹੈ ਸਰ ਰੱਖਣਾ ਬਾਈ ਮਾਡਲ ਇਹ ਕਿਵੇਂ ਹੋਣੀ ਫਿਰ ਲੈ ਕੇ ਬੰਦੇ ਲੈ ਕੇ ਬੰਦੇ ਨੇ ਬਸ ਵੇਚਣ ਤਿਆਰੀ ਕਰੀ ਜਾਂਦਾ 2191 ਸੀ ਲੁਧਿਆਣੇ ਦੀ ਨਵੀਂ ਸੀਰੀਜ਼ ਦਾ ਨੰਬਰ ਆ ਇਹ ਹਾਂ ਤੇ 1,51,000 ਬਾਈ ਨੇ ਡਿਮਾਂਡ ਲਾ ਆ ਨਾ ਦੇਖ ਸੁੱਖੇ ਇੱਧਰ ਦਿਖਾਈ ਇੰਜਨ ਤੋਂ ਆ ਰੈਪਰ ਜੇ ਵੀ ਲਾਏ ਹੋਏ ਜਮ ਹੀ ਨਵਾਂ ਪਿਆ ਯਾਰ ਇਹ ਤਾਂ ਵੀ ਉਹੀ ਬੰਦਾ ਲੈ ਵੀ ਆਈ ਹੈ ਤਾਂ ਨਵਾਂ ਹੀ ਇੱਕ ਸਮ ਉੱਤਲ ਜਾ ਦੇਖੀ ਚੱਲਿਆ ਕਿੰਨਾ ਕਹ ਇਹ 700 ਚੱਲੇ ਸਾਰਾ 65 ਸੁੱਕ ਲੱਗ ਇੱਕ ਮਿੰਟ ਦੇਖੋ 35000 ਦਾ PP05 ਨੰਬਰ ਕਿੱਥੋਂ ਦਾ ਜੀ ਫਿਰੋਜ਼ਪੁਰ ਦਾ ਜੀ ਫਿਰੋਜ਼ਪੁਰ ਦਾ ਸਪਲੈਂਡਰ ਬਲੈਕ 40 ਡਿਮਾਂਡ ਹੈ ਜੀ 35 ਦੇ ਦਾਂਗੇ 2011 ਮਾਡਲ ਹੈ ਮਾਨਸਾ ਨੰਬਰ ਹੈ 11 ਮਾਡਲ ਹੈ ਇਹ ਫ੍ਰੀ ਕੋਡ ਨੰਬਰ ਜੀ ਆ ਦੇ 13 ਮਾਡਲ ਇਹ ਸੀਡੀ ਡਿਲਕਸ HF ਡਿਲਕਸ ਜੀ ਡਿਲਕਸ ਐਕਸਲ ਠੀਕ ਹੈ ਜੀ ਉਹਦਾ ਜੀ ਤੇ ਗਾਂ ਜੀ 7 ਮਾਡਲ ਨਾ 7 ਮਾਡਲ ਜੀ 28000 ਲੱਗਿਆ ਦਾ ਕਿੰਨੇ ਦਾ 20000 ਰੁਪਏ ਦੇ ਦਾਂਗੇ 20 ਬਾਈ ਦਾ ਦੇ ਦੋ ਮੌਕੇ ਦੇ ਮਾਡਲ 1015 ਥੱਲੇ ਉੱਤੇ ਹੋਰ ਕਰ ਲੈਣੇ ਸੀ ਠੀਕ ਕਮਿਸ਼ਨ ਐਕਸਟਰਾ ਹੁੰਦਾ ਆਨ ਦਾ ਟੇਬਲ ਆਨ ਦਾ ਟੇਬਲ ਜਿਹੜਾ ਪੈਸੇ ਦਾ ਉਸ ਨਾਲ ਡੀਲਿੰਗ ਕਰਾਂ ਉਸ ਨਾਲ ਬਾਕੀ ਦਾ ਡੀਲ ਤੇ ਹਨਾ ਅਗੇ ਬਾਕੀ ਡੀਲ ਜੋ ਬੰਦਾ ਪੈਸੇ ਦਿੰਦਾ ਜਿੰਨੇ ਨੂੰ ਚਾਹੀਦਾ ਉਹ ਕਰ ਲਾਂਗੇ ਬਾਕੀ ਵੀਰੋ ਆਓਗੇ ਜਦੋਂ ਤੁਹਾਨੂੰ ਬਹੁਤ ਚੀਜ਼ਾਂ ਦਾ ਪਤਾ ਲੱਗੂਗਾ ਬਾਕੀ ਜਿੰਨਾ ਡਿਸਕਾਊਂਟ ਬਾਅਦ ਤੋਂ ਕਰਵਾ ਕੇ ਦੇਵਾਂਗੇ ਅਸੀਂ ਇਹ ਕਈ ਅਸੀਂ ਆਪਦੇ ਹੁੰਦੇ ਕਈ ਗਾਹਕਾਂ ਦੇ ਹੁੰਦੇ ਕਿ ਅੱਛਾ ਜੀ ਸਾਡੇ ਪੈਸੇ ਲਾ ਕੇ ਮਤਲਬ ਵੀ ਗਾਹਕ ਇੱਥੇ ਖੜਾ ਆਉਂਦੇ ਆ ਹਾਂ ਗਾਹਕ ਖੜਾ ਜੇ ਮੰਨ ਲਓ ਕਿਸੇ ਨੇ ਵੇਚਣਾ ਮੈਂ ਬੁਲਟ ਵੇਚਣਾ ਤੁਸੀਂ ਉਹਦੇ ਕਿੰਨਾ ਕਮਿਸ਼ਨ ਹੁੰਦਾ ਤੁਹਾਡਾ ਅਸੀਂ 1000 ਰੁਪਏ ਕਮਿਸ਼ਨ ਲੈਂਦੇ ਬਕਾਈ ਦਾ ਤੇ ਮੰਨ ਲਓ ਜੇ ਮੈਂ ਲੈਣ ਆਇਆ ਉਹਦੇ ਵੀ ਐਂ ਉਹ ਚ ਵੀ ਐਂ ਹੁੰਦਾ 1000 ਰੁਪਏ ਪਰ ਗੱਡੀ ਵੀ ਜਿੰਨੇ ਦਾ ਸੌਦਾ ਵੀ ਵਿਚਾ ਹੈ 1000 ਰੁਪਏ ਠੀਕ ਹੈ ਜੀ ਠੀਕ ਹੈ ਠੀਕ ਹੈ ਤਾਂ ਵੀਰੋ ਜੇ ਤੁਸੀਂ ਵੇਚਣਾ ਜਾਂ ਜਿਵੇਂ ਮੰਨ ਲਓ ਮੈਂ ਕੋਈ ਮੋਟਰਸਾਈਕਲ ਵਿੱਚ ਕਟਾ ਕੇ ਹੋਰ ਲੈਣਾ ਉਹ ਵੀ ਕਰ ਲੈਣਾ ਸਾਰਾ ਕੁਝ ਕਰਾਂ ਜਦੋਂ ਆਉਂਗੇ ਨਾਲ ਟ੍ਰੇਡ ਇਨ ਦੀ ਸਰਵਿਸ ਵੀ ਲੋਨ ਵਗੈਰਾ ਦਾ ਹੀ ਲੋਨ ਦਾ ਨਹੀਂ ਪ੍ਰੋਸੀਜਰ ਆਪਣੇ ਕੋਲ ਮਕੈਨਿਕਲ ਪ੍ਰੋਬਲਮ ਜਿਹੜਾ ਕੰਮ ਸੀ ਮਕੈਨਿਕ ਕਰਾਉਂਦਾ ਅਸੀਂ ਕਰ ਦਾਂਗੇ ਤਿਆਰ ਤਿਆਰ ਵੀ ਕਰ ਸਕਦੇ ਬੰਦੇ ਰੱਖੇ ਸਾਡੇ ਕੋਲ ਠੀਕ ਹੈ ਜੀ ਬੁਲਟ ਕਰਾ ਲਓ ਜਿਹੜਾ ਮਰਜ਼ੀ ਆਲ ਮੋਟਰਸਾਈਕਲ ਮਿਸਤਰੀ ਮੋਸੇ ਸਭ ਰੱਖੇ ਅੱਛਾ 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 ਵੀ ਮੋਡੀਫਿਕੇਸ਼ਨ ਵਗੈਰਾ ਵੀ ਕਰ ਸਕਦੇ ਆ ਆਪਦੇ ਹਿਸਾਬ ਨਾਲ ਆਪਦੇ ਹਿਸਾਬ ਨਾਲ ਕਰ ਦਾਂਗੇ ਠੀਕ ਹੈ ਜੀ ਠੀਕ ਹੈ ਠੀਕ ਹੈ ਅੱਜ ਤੋਂ ਘੱਟੋ 20 ਸਾਲ ਪਹਿਲਾਂ ਮੈਂ ਬੁਲਟਾਂ ਦਾ ਕੰਮ ਕਰਦਾ ਸੀਗਾ ਉਹ ਮੈਂ ਛੱਡਤਾ ਅੱਛਾ ਜੀ ਹੁਣ ਦੁਬਾਰੇ ਫੇਰ ਮੈਂ ਸ਼ੁਰੂ ਕੀਤਾ ਹੈਗਾ ਤੇ ਤੁਹਾਡਾ ਮੋਬਾਈਲ ਨੰਬਰ ਵੀ ਬੋਲ ਦਿਓ 9880 74540 ਇੱਕ ਵਾਰੀ ਦੁਬਾਰੇ ਬੋਲ ਦਿਓ ਜੀ 9880 74540 ਇਹ ਫਿਰ ਤੁਹਾਡਾ ਦਿੱਲੀ ਹਾਲੇ ਸਾਹਮਣੇ ਦੁਕਾਨ ਹੈ ਮੇਰੀ ਜੀ ਮੇਨ ਗਲੀ 'ਚ ਹਾਂਜੀ ਰਿਪੇਅਰ ਦਾ ਕੰਮ ਕਰਾਉਣਾ ਬੁਲਟ ਦਾ ਬੁਲਟ ਤਿਆਰ ਕਰਾਉਣਾ ਜਦੋਂ ਮਰਜ਼ੀ ਮੈਨੂੰ ਮਿਲ ਸਕਦੇ ਹੋ ਨੰਬਰ ਤੁਹਾਨੂੰ ਦੱਸਦਾ ਤੇ ਇਹ ਤੁਹਾਡਾ ਕੰਮ ਕਿੰਨਾ ਕੁ ਪੁਰਾਣਾ ਵੈਸੇ ਬਾਈ ਇਹ ਕੰਮ ਮੇਰਾ ਪੁਰਾਣਾ ਗੱਲ 30 ਸਾਲ ਪੁਰਾਣਾ ਜੀ 30 ਸਾਲ ਪੁਰਾਣਾ ਇਹ ਕੰਮ ਦੇ ਵਿੱਚ ਇਹ ਗੱਲ 30 ਸਾਲ ਮੈਨੂੰ ਹੋ ਗਈ ਤੇ ਪੁੱਠੇ ਗੇਰਾਂ ਵਾਲਾ ਬੁਲਟ ਵਗੈਰਾ ਉਹ ਵੀ ਜਾਂਦੇ ਮਿਲ ਜਾਂਦੇ ਕਈ ਵਾਰੀ ਮਹਿੰਗੇ ਵਾਲੇ ਮਿਲਦੇ ਤੇ ਬਾਈ ਜਿਵੇਂ ਇੱਕ ਆਰਮੀ ਵਾਲੇ ਬੁਲਟ ਲੈਂਦੇ ਹੁੰਦੇ ਸੀ ਮੁੰਡੇ ਪਹਿਲਾਂ ਉਹ ਬੰਦ ਹੋ ਗਿਆ ਬੰਦ ਹੋ ਗਿਆ ਸਿਸਟਮ ਜਦੋਂ ਇਹ ਕਾਪੀ ਨਹੀਂ ਬੰਦੀ ਆਰਮੀ 'ਚ ਉਹ ਕੱਲਾ ਬਿੱਲ ਕੱਢ ਕੇ ਦੇਦੇ ਉਹਦੀ ਕਾਪੀ ਨਹੀਂ ਬੰਦੀ ਹੈਗਾ ਗਵਰਨਮੈਂਟ ਨੇ ਬੰਦ ਕੀਤੀ ਠੀਕ ਹੈ ਜੀ ਮਤਲਬ ਵੀ ਜੇ ਤਿਆਰ ਵੀ ਕਰਾਉਣਾ ਯਾਰ ਉਦਾਂ ਦਾ ਲੈ ਕੇ ਪਤਾ ਕਸਤਾ ਕਰਕੇ ਉਹ ਲਓ ਪੁਰਾਣਾ ਜਿਹਦੀ ਗਾ ਕਾਪੀ ਬਣ ਜੇ ਨਾ ਕਾਪੀ ਜੀ ਲਓ ਬਗੈਰ ਕਾਪੀ ਕੀ ਨਾਲ ਕਿਉਂਕਿ ਫਸਲ ਵਾਲਾ ਕੰਮ ਨਹੀਂ ਆਣੇ ਆਪਾਂ ਕਹਿੰਦੇ ਅਸੀਂ ਕਮਿਸ਼ਨ ਕਰਕੇ ਆ ਕੋਈ ਲੈਓ ਤੁਸੀਂ ਉਹ ਕੰਮ ਨਹੀਂ ਅਸੀਂ ਕਰਦੇ ਕਿਉਂਕਿ ਜਿਹੜਾ ਕੰਮ ਕਰਦੇ ਸ਼ੁਰੂ ਤੋਂ ਤਾਂ ਹੀ ਸਾਡੇ ਨੇ ਸਾਲੋ ਕੰਮ ਕਰਦੇ ਹਾਂ ਬਾਕੀ ਤਿਆਰ ਕਰਾਉਂਗੇ ਯਾਰ ਪੈਸੇ ਲਾਉਂਗੇ ਜੀ ਠੀਕ ਹੈ ਜੀ ਸ਼ੁਕਰੀਆ ਬਾਈ ਜੀ ਪੈਸੇ ਹੈਵੀ ਆ ਗਿਆ ਫਿਰ ਦਮਦਾਰ ਚੀਜ਼ ਆ ਪਰ ਐਵਰੇਜ ਵਧੀਆ ਹੁੰਦੀ ਆਲਰਾਊਂਡਰ ਹੈ ਕਿਉਂਕਿ ਐ ਲਾ ਲਓ ਵੀ ਕਾਰ ਦਾ ਕੰਮ ਕਰਦੀ ਹੈ ਹਾਂ ਹੁਣ ਮੇਰੇ ਕੋਲੇ ਘਰੇ ਸਿਲੰਡਰ ਸਲੂੰਡਰ ਧਰਨੇ ਆ ਗੱਟਾ ਗੱਟਾ ਸਿੱਕਲਾ ਉੱਤੇ ਰਾਲ ਨਾਲ ਡੱਬੀ ਚੱਲ 125 ਸੀ 125 ਸੀ ਪਲਸਰ ਐ ਲਾ ਲਓ ਐਵਰੇਜ ਵਧ ਗਈ ਦੇ ਵਿੱਚ ਹਾਂਜੀ ਨਾਲੇ ਪਿਕਅਪ ਵਧੀਆ ਬਣ ਗਈ ਅਗਲੇ ਨੇ ਨਾਲੇ ਪਲਸਰ ਦਾ ਪਲਸਰ ਆ ਗਿਆ ਨਾਲੇ ਐਵਰੇਜ ਆ ਰਿਹਾ ਜਾ ਕੇ ਵਧ ਗਈ ਠੀਕ ਹੈ ਠੀਕ ਹੈ ਠੀਕ ਹੈ ਤੇ ਇਹ ਨੇੜੇ ਦਾ ਹੀ ਆ ਇਹ ਬਈ ਸਾਰੇ ਤੁਸੀਂ ਇੱਕ ਇੱਕ ਮਾਡਲ ਚ ਲਾਈ ਖੜੇ ਯਾਰ ਜਮੇ ਨਵੇਂ ਸਾਰੇ ਵੀ ਨਵੇਂ ਵਰਗੇ ਆਪਣੇ ਕੋਲੇ
ਜਲਾਲ ਕੋਈ।